दोस्तों अगर हमारी वीडियो अच्छी लगे तो सब्सक्राइब जरूर कर। लगता हल भी नाराज है, कोई गल नहीं असि इन मना लें, कि हल है चल चली तू उठ छेती कर ला, उठ जाई तू, उठी तू, उठ जा तेरी वजह करके मैं बीमार हो गई, खड़ा हो जा, उठ जाने आए हां, उठ उठ छेती कर, मैं को डरदा पिया हां, हो नहीं डरदा तो ठीक हो गया, ना डर मैं औदू बाहर आ, चल तेरी लत्ता रे बस, अजी कुत्ते बाहर मेरे भी नहीं बैठना, उठ तू खड़ा हो, खड़ा हो जा छेती, उठ इत्थे ही रह बाहर, तेरी वजह करके मैं बीमार हो गई, तू मेरे नाल जुड़ जुड़ पैना, उठ जा छेती कर ले तू, मैं को डरदा पिया, आहो नहीं डरदा तो ठीक हो गया, ना डर मैं कड़ा तेरे को डरनी आ, आहो बाहर जा, मार बणिया फिरदा बाहर बणिया, आओ मार वरियान होएगा तो अपने घर नु होएगा, मैं तेनु की समझा, गल सुन मेरी, मैं तेनु ए निकाह करके लांदा, मेरे नाम मार वरियान है ते तू मेरी सवाली है ते थल्लेओ मैनू थल्ले पई रखनी है जी, सारी जिंदगी मैं तेरे थल्ले लगा रहवा, मैनू कौन मार वरियान मांगसी, एवे मार हुंदे ने जिवें तू मारेगा, भुखा नंगा ना कोई पल्ले ना अगे पीछे कुछ हैगा तेरे, मार बणा फिरदा लोकां वास्ते होएगा, मेरे वास्ते कुछ है नहीं, तेरी केड़ी केड़ी फरमाइश मैं नहीं मन्नीदा, कोई नहीं कीती, की मन्निया तू मेरा, तो मैनू करीमा आखिया, मैं ढोईया, तो मैनू बोतला दवाईया आलिया अगे, ए तैनू पियो ला दित्ती, तेरी वजह करते मैं बीमार होईया, ढोईया ने ते सान कीता तू, ते मैं तेरी बीमार कीता, तू कीते तेरी वजह करके बीमार हो गईया, तेरे पेकियां दी वजह करके बीमार हो गईया, ओए ओए रान ता हल्की होई बैठी, औनू बोल तैनू पियाना, नहीं मैं होले बोलदी, इदा ही बोलना, जा जो कुछ करने कर ले, आए मार वरियाम दा घर है ते है ही यो, पता नहीं घर है ही सही या कोई नहीं, नहीं हो से घर अपना टाइम टेबल बने हुआ, अपना भाई है अपने को जानदा, 100-100 दी इज्जत करे ने, अच्छा हां खड़का इज्जत करेंदा है, हां जी वो अपने इंतजार है बैठा है, खड़का अबुआ खड़का अब बाहर पे कुंडा खड़कदा, मैं बाहर पता कर ले कौन है, तो मैं तेरा भोक लेना, ਮੈਨੂੰ ਮਾਰ ਵਾਲੀ ਆ ਮਾ ਤੇਰੀ, ਮੈਂ ਕੋਈ ਡਰਦਾ ਕੋਈ ਨਹੀਂ ਪਿਆ ਤੇਰੇ ਕੋਲ, ਜਾ ਜਾ ਸਿਰ ਲੈ ਜਾ, ਆਈਏ ਸ਼ਬੀਰ ਨਾਜ਼ਮ ਸਾਹਿਬ, ਜਨਾਬ ਜਨਾਬ ਕੀ ਹਾਲ ਹੈ, ਭੱਟੀ ਸਾਹਿਬ ਹੋਰ ਨੂਰ ਭੱਟੀ ਕੀ ਹਾਲ ਹੈ, ਜਨਾਬ ਸਲਾਮਤ ਅਲੀ ਖਾਨ ਸਾਹਿਬ, ਖਾਨ ਸਾਹਿਬ ਜਨਾਬ कसम जी मार रोटी दिंदा कोई ना दसी सत्ते खाने ਟੰਬਾ ਲੈਣਾ ਛਿੱਕ ਰਨ ਨੂੰ ਮਾਰ 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 ਕੇ ਉਹਦੀ ਮੈਂ ਨਾ ਸਰ ਬਨ, ਰੋਟੀ ਦੀ ਕਈ ਗੱਲ ਏ ਤੁਸੀਂ ਤੇ ਬਹੋ, ਮੈਂ ਮੰਜੀਆ ਕੱਟੀ ਆਵਾਂ, ਇੱਕ ਦੋ ਬਲੂ ਬੰਦਾ ਮਾਰ ਵਰੀ ਆਮ ਦੇ ਵਲੀ ਮੈਂ ਤੇ ਆਏ ਨੇ ਕਾਰਾ ਤੂੰ ਲਾਲਤੀਆ ਨਾ ਮੈਂ ਆਤ ਬੰਦਾ ਤੇ ਅੱਜ ਇੱਥੇ ਬਹੋ, ਮੈਂ ਤੁਹਾਡੇ ਵਾਸਤੇ ਮੰਜੀਆ ਕੱਟੀ ਆਵਾਂ, ਹਲਕੇ ਨਾ ਵੀ ਆਇਆ ਬੰਦਾ ਬਹੁਤ ਸ਼ੇਰ ਏ ਸਮਾਣੀ, ਤੂੰ ਜ਼ਰਾ ਹੀ ਨਹੀਂ ਡਰਦਾ, ਨਹੀਂ ਰਨ ਮੁਰੀਦ ਏ, ਮੈਂ ਨਾ ਬੰਦਾ ਦਲੇਰ ਹੋਇਆ, ਇਹ ਰਨ ਮੁਰੀਦ ਨਹੀਂ, ਗੁਨਾਹਗਾਰ ਕਰਨ ਦਾ ਛੱਡ ਦੇ।
ਜਲਦੀ ਛੱਡ ਦੇ ਮਾਰ ਸਾਹਿਬ ਬੜੀ ਮਿਹਰਬਾਨੀ ਤੁਸੀਂ ਹੋਰ ਅੰਦਰ ਨਾ ਮੈਂ ਪਰਦਾ ਨਾ ਹੁੰਦਾ ਮੈਂ ਆ ਪਾਵਾਂ ਮੋੜ ਕੇ ਕਰਾਂ ਮਜਬੂਰੀ ਜੀ ਯਾਰਤੀ ਮੁੱਕੀ ਬਿਸਮਿਲਾ ਮਾਰ ਹੌਕੇ ਕਿਉਂ ਵਧੇ ਹੋ ਬਹੁ ਬਹੁ ਮਾਰ ਵਾਲੀ ਆਮ ਦੇ ਘਰ ਆਏ ਹੋ ਕਿਸੇ ਆਮ ਬੰਦੇ ਦੇ ਘਰ ਨਹੀਂ ਆਏ ਹੋ ਤੁਸੀਂ ਹੁਕਮ ਕਰੋ ਪਕਾਈ ਕੇ ਸ਼ਾ ਨਾਜ਼ਮ ਸਾਹਿਬ ਇਹ ਮਾਰ ਵਾਲੀ ਆਮ ਦਾ ਦੇਰਾ ਕੋਈ ਸ਼ਰਮ ਨਹੀਂ ਕਰਨੀ ਬਿਨਾ ਆਓ ਮੇਰੇ ਤੁਸੀਂ ਹੁਕਮ ਕਰਨਾ ਬਈ ਕਿਹੜੀ ਸ਼ਾਇ ਪਕਾਵਾਂ ਮੈਂ ਮਹੂਆ ਨਾ ਪਕਾਏ ਤਾਂ ਮੈਂ ਵਰੀ ਆਮ ਹੀ ਨਹੀਂ ਬਸ ਸਮਝੇ ਸ਼ਾ ਤੁਹਾਡਾ ਦਿਲ ਕਰੇ ਦਾ ਨਾ ਉਹ ਸ਼ਾਇ ਪਕਾ ਲਓ ਨਹੀਂ ਮੋੜ ਵੀ ਹੀ ਦੱਸੋ ਮੈਂ ਦੱਸਾਂ ਮਾਰ ਸਾਹਿਬ ਹਾਂ ਤੇ ਤੂੰ ਦੱਸ ਜਾ ਬਕਰਾ ਹੋ ਜਾਵੇ ਕੱਟਾ ਹੋ ਜਾਵੇ ਨਾਲ ਸੇਵੀਆਂ ਸੁਵੀਆਂ ਹੋ ਜਾਵੇ ਬਰਿਆਨੀ ਪਕਾ ਲਾ ਮੱਛੀ ਹੋ ਜਾਵੇ ਜ਼ਿਆਦੀ ਤਕਲੀਫ ਨਹੀਂ ਕਰਨੀ ਹੈ ਭਾਈ ਐਡੀ ਕਿਹੜੀ ਗੱਲ ਹੈ ਹੁਣੇ ਬਾਣ ਵਈ ਸੀ ਮੈਂ ਸਵਾਣੀ ਨੂੰ ਟੰਬੇ ਬਾਰ ਬਾਰ ਕੇ ਤੇ ਬੈਠੇ ਲਹੂ ਨਹੀਂ ਕੱਢੇ ਤੇ ਮੇਰੇ ਦਾ ਬਰਿਆਮ ਨਹੀਂ ਕਿਸੇ ਹੋਰ ਦੀ ਕਿਸੇ ਦੀ ਫਰਮਾਇਸ਼ ਤੇ ਦੱਸੋ ਹੁਕਮ ਕਰੋ ਅਮਾਰ ਮੈਂ ਕੀ ਹੈ ਸ਼ੂਗਰ ਦਾ ਮਰੀਜ਼ ਹਾਂ ਇਹਨ ਘਰ ਜ਼ਰਦਾ ਚਪਕਾ ਸੇਵੀਆਂ ਚਪਕਾ ਖੀਰਨ ਚਪਕਾ ਤੇ ਦੋ ਤਰਾ ਕਿਲੋ ਦੁੱਧ ਮੈਂ ਪੀ ਵਈ ਸਾਂ ਸ਼ੂਗਰ ਦਾ ਮਰੀਜ਼ ਹਾਂ ਨਾਰਾਜ਼ ਨਾ ਹੋਵੇ ਵਿੱਚ ਮੇਰੇ ਵਿੱਚ ਹੈ ਵੀ ਪਾਵੇਂ ਹਾਂਜੀ ਹਾਂਜੀ ਹੋਰ ਕਾ ਕਿਆ ਬੜੀ ਮਿਹਰਬਾਨੀ ਹੋਰ ਹੀ ਕਾਸ਼ ਲਈ ਆਵੇ ਤੇ ਕੋਈ ਦੋ ਕਿਲੋ ਰਸਗੁੱਲਾ ਹੀ ਲਈ ਆ ਹਾਂ ਮਰੀਜ਼ ਆ ਮੈਂ ਸ਼ੂਗਰ ਦੇ ਮਰੀਜ਼ ਜੀ ਆ ਜੀ ਆ ਹਯਾਤੀਆਂ ਹਯਾਤੀਆਂ ਲਈ ਉਹ ਸਾਲ ਲੱਗ ਰਹੇ ਸੀ ਇੱਕ ਤਾਂ ਥਾਈ ਭਰਾਣਾ ਫੌਤ ਹੋ ਜਾ ਹੋਰ ਕਿਸੇ ਮਰੀਜ਼ ਦੀ ਫਰਮਾਇਸ਼ ਹੈ ਦੱਸੋ ਮਾਰ ਵਰਿਆਮ ਡਾਕਟਰ ਮੈਨੂੰ ਰੋਟੀ ਰੋਕ ਛੁੜੀ ਸ਼ੁਕਰ ਤੇ ਅਲਹਮਦੁਲਿਲਾ ਡਾਕਟਰ ਮੈਨੂੰ ਆਖਿਆ ਛੋਟਾ ਗੋਸ਼ਤ ਖਾਣਾ ਰੋਟੀ ਤੋਂ ਬਗੈਰ ਤੇ ਨਿਮਕ ਨਹੀਂ ਘਤਣੀ ਵਿੱਚ ਉਹ ਵੀ ਰੋਕੀ ਸੀ ਪੱਟੀ ਸਾਹਿਬ ਟੈਨਸ਼ਨ ਨਹੀਂ ਲੈਣੀ ਹਰ ਸ਼ਾਹ ਤੁਹਾਡੀ ਪਾਕ ਪਈ ਸੀ ਮੈਂ ਹੁਣ ਜਾਂਦਾ ਸਵਾਣੀ ਕੋਲ ਜਿਹੜੀ ਜਿਹੜੀ ਤੁਸੀਂ ਫਰਮਾਇਸ਼ਾਂ ਕਰਦੀ ਉਹ ਸ਼ਾਹ ਨਾ ਪੱਕੇ ਤਾਂ ਮੈਨੂੰ ਆਖੇ ਵਰਿਆਮ ਹੀ ਨਾ ਹੈ ਮੈਂ ਕੋਈ ਡਰਨਾ ਉਹ ਮੈਂ ਕੋਈ ਰਾਨ ਮੁਰੀ ਦਾ ਹੈ ਮੈਂ ਕੋਈ ਰਾਨ ਮੁਰੀ ਦਾ ਮੈਂ ਜਬਾਲਾ ਸਵਾਣੀ ਤੂੰ ਡਰਾਂ ਆ ਹੁਣ ਤੁਹਾਡੇ ਸਾਹਮਣੇ ਵੇਖੇ ਮੈਂ ਪੀ ਜਾਂਦਾ ਇਹ ਵੱਲ ਜਈਆਂ ਨੇ ਉਹਦੀਆਂ ਦਾ ਬੰਦਾ ਭਾਈ ਗਭਰੂ ਭਾਈ ਸਵਾਣੀ ਤੂੰ ਨਾ ਸਮ ਨਹੀਂ ਉੜਦਾ ਬਟ ਸਾਹਿਬ ਮਾਰੋ ਦੋਵਣ ਹੀ ਹੋ ਜੇ ਚਾਹੀਦਾ ਕਿਉਂਕਿ ਜਦੋਂ ਮੈਂ ਉਹਨਾਂ ਦੇ ਘਰਾਂ ਜਾਣਾ ਨਾਲ ਮਾਨ ਦੇ ਕਈ ਗਲੀ ਪੁਲਾ ਏਡੇ ਬੰਦੇ ਕਈ ਨੇ ਵੀ ਇੱਕ ਬੰਦੇ ਆਏ ਬੈਠੇ ਉਹਨਾਂ ਦੀ ਰੋਟੀ ਪਕਾਵਣੀ ਹੈ ਕੀ ਆਈ ਦੱਸ ਮੈਨੂੰ ਮੈਂ ਤਾਂ ਫਿਰ ਨਾ ਹਾਂ ਦੱਸ ਮੈਂ ਤਾਂ ਫਿਰ ਨਾ ਪਿੱਛਾ ਤਾਂ ਹਟ ਮੈਂ ਤਾਂ ਫਿਰ ਨਾ ਇਹ ਮੈਂ ਤਾਂ ਪਿੱਛੇ ਹੋ ਗਈ ਦੱਸ ਓਏ ਇਹ ਮੈਂ ਤਾਂ ਫਿਰ ਨਾ ਜੇ ਤੂੰ ਉੱਤੇ ਚੜੀ ਆਪਣੀ ਪਿੱਛਾ ਤਾਂ ਹਟ ਓਏ ਤੇਰੇ ਪ੍ਰਾਣੇ ਨਹੀਂ ਮਿਕਦੇ ਹਰ ਟਾਈਮ ਤੇਰੇ ਪ੍ਰਾਣੇ ਆ ਜਾਂਦੇ ਨੇ ਠੇਕਾ ਲੈ ਲੈ ਤੇਰੇ ਪ੍ਰਾਣੇ ਦੇ ਨਾਲ ਤੇਰਾ ਹੀ ਦੱਸ ਤੇ ਤੂੰ ਚਾਹੁੰਦਾ ਕੀ ਹੈਗਾ ਰੋਜ਼ 20 ਬੰਦੇ ਇਕੱਠੇ ਕਰਕੇ ਆ ਜਾਣਾ ਤੂੰ ਨੌਕਰ ਆ ਮੈਂ ਤੇਰੇ ਨਾਲ ਸ਼ਾਦੀ ਕਰਕੇ ਫਸ ਗਈ ਆ ਓ ਮੇਰੀ ਤਾਂ ਕਾਈ ਸੁਣ ਬਹੁਤ ਥੋੜ 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 ਕੁੱਤੀ ਰਾਨ ਹਲਕੀ ਵੇਖ ਹੋਈ ਗਲੀ ਉਹ ਮੇਰੀ ਤਾਂ ਕਾਈ ਜੋੜ ਮੈਂ ਆਖਿਰ ਮਾਰ ਵਰੀ ਆ ਅੱਲਾ ਦਾ ਲਾਈ ਮੇਰੀ ਜੋ ਮੇਰੀ ਹਾਂ ਦੱਸ ਕੀ ਸੁਣਾ ਤੇਰੀ ਸੁਣਦੀ ਆਈਆਂ ਪੂਰੀ ਜ਼ਿੰਦਗੀ ਮੇਰੀ ਜੀ ਹਾਲਤ ਜਾ ਮੈਂ ਇਤਨਾ ਤੈਨੂੰ ਫਰਮਾ ਰਿਹਾ ਕਿ ਬੰਦਿਆਂ 'ਚ ਮੇਰੀ ਇਹ ਇੱਜ਼ਤ ਬਣੀ ਹੋਈ 20 ਬੰਦਿਆਂ ਦੀ ਰੋਟੀ ਪਕਾਉਣੀ ਅੱਲਾ ਤੈਨੂੰ ਹਯਾਤੀ ਤੇਰੀ ਮਸ਼ਕੇ ਤੇ ਮੇਰੇ ਮਗਰੂ ਲੋ ਕਿੱਥੋਂ ਪਕਾਵਾ ਰੋਟੀ ਕਰ ਤੇ ਕੁਛ ਹੈ ਨਹੀਂ ਕਰ ਤੂੰ ਕਦੀ ਕੁਛ ਲੈ ਆਏ ਤਾਂ ਮੈਂ ਵੀ ਕਿਸੇ ਨੂੰ ਪਕਾ ਕੇ ਦਿਆਂ ਆਟਾ ਹੈ ਨਹੀਂ ਲਿਆ ਜਾ ਕੇ ਕਿਸੇ ਦੇ ਕਰੋ ਮੈਂ ਤੈਨੂੰ ਪਕਾ ਦਿਆਂ ਮੇਰੇ ਕੋਲ ਕੁਛ ਹੈਗਾ ਓ ਮੇਰੀ ਤਾਂ ਕਾਈ ਸੁਣ ਬੋਲ ਬੋਲਦਾ ਕਿਉਂ ਨਹੀਂ ਬੋਲ ਨਾ ਜਵਾਬ ਦੇ ਨਾ ਮੈਨੂੰ ਜ਼ਰਾ ਤੂੰ ਮੈਂ ਕਿੱਥੋਂ ਲਿਆਵਾਂ ਕਿੱਥੋਂ ਪਕਾਵਾਂ ਲਿਆ ਦੇ ਮੈਨੂੰ ਕੁਛ ਮੈਂ ਤੈਨੂੰ ਪਕਾ ਦਿਆਂ 20 ਬੰਦੇ ਲੈ ਕੇ ਆ ਜਾਣਾ ਤੂੰ ਹਰ ਟਾਈਮ ਫਲਾਣੀ ਚ
पका ते डिंगड़ी छै पका मेरे को कुछ है नहीं बोल बोलता क्यों नहीं बोल तू चुप करे से तो मैं बोले सा और तू तो कलवतरी तरह शुरू हो गई अल्लाह ला भाई जुबान जरा आज तक आज बाहर पुराने सुन ले ना अल्लाह दी कसम मेरी इज्जत सारी मिट्टी है बोल भाई थी उन्हें पता लग गया ना भाई ये दी आ कुछ भाई लियो तेरा बेइज्जती कर दिया तू हवलू बोल बोल इने ते बोल हवलू घर आटा नहीं है रोटी कितों पकावा एक काम कर सियाणी सवाणी है अल्लाह तेरी आजादी करे अही नाइया दे घर लगी जा दो बठलियां लई आटे दियां इन्हां नूं पूरियां ਕੀ ਕੀ ਆਈ ਤੂੰ ਜ਼ਰਾ ਮੈਨੂੰ ਦੱਸੀ ਨਾ ਮੈਂ ਇੱਥੇ ਮੰਗਣਾ ਲੀਆਂ ਤੂੰ ਮੈਨੂੰ ਮੰਗਣਾ ਨਹੀਂ ਸਮਝ ਲਿਆ ਦੱਸ ਮੈਨੂੰ ਜ਼ਰਾ ਨਹੀਂ ਜੀ ਮੈਂ ਖਾਂਦੇ ਪੀਂਦੇ ਘਰਦੀਆਂ ਮੈਂ ਮੰਗਣਾ ਲੀਆਂ ਜਾਂ ਖੁਦ ਮੰਗ ਕੇ ਲਿਆ ਤੇ ਮੈਂ ਤੇਰੇ ਪਰੋਣਾ ਨੂੰ ਪਕਾ ਦੇਂ ਪਰੋਣੇ ਕਿਹੜੇ ਮੇਰੇ ਪਿੱਛੂ ਆਏ ਨੇ ਗੱਲਾਂ ਸੁਣ ਲੈ ਕਿੱਡੀਆਂ ਤੂੰ ਗੱਲਾਂ ਕਰਨਾ ਚੱਲੇ ਜਾਈਏ ਤੇਰੇ ਅੱਗੇ ਹੱਥ ਜੋੜਨਾ ਨਹੀਂ ਤੂੰ ਮੇਰੇ ਅੱਗੇ ਹੱਥ ਨਾ ਜੋੜ ਮੈਂ ਤੇਰੇ ਪੈਰ ਪਤੇ ਨਹੀਂ ਤੂੰ ਨਾ ਪਾਦ ਮੇਰੇ ਪੈਰ ਆ ਤੇਰੀ ਕੀ ਕੀ ਆਈ ਤੂੰ ਜ਼ਰਾ ਮੈਨੂੰ ਦੱਸੀ ਨਾ ਮੈਂ ਇੱਥੇ ਮੰਗਣਾ ਲੀਆਂ ਤੂੰ ਮੈਨੂੰ ਮੰਗਣਾ ਨਹੀਂ ਸਮਝ ਲਿਆ ਦੱਸ ਮੈਨੂੰ ਜ਼ਰਾ ਮੈਨੂੰ ਮਾਫੀ ਦੇ ਤੇ ਮੈਂ ਪੁਰਾਣਿਆਂ ਨੂੰ ਕੀ ਜਵਾਬ ਦੇਵਾਂ ਕੁੱਤੀ ਤਰ੍ਹਾਂ ਪਾਈ ਗਈ ਹੈ ਮੈਨੂੰ ਉੱਠ ਤੂੰ ਪੁਰਾਣੇ ਨੂੰ ਕਾਟੀ ਤੂੰ ਉੱਠ ਉੱਠ ਛੇਤੀ ਕਰ ਜੇ ਤੂੰ ਦਿੱਤੇ ਦੇ ਤੇਰੇ ਪੁਰਾਣੇ ਉੱਠ ਉੱਠ ਛੇਤੀ ਕਰ ਛੇਤੀ ਕਰ ਛੇਤੀ ਕਰ ਚਲਾ ਜਾਈ ਤੂੰ ਉੱਠ 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 ਚੱਲ 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 ਉਹਨਾਂ ਨੂੰ ਦੱਸ ਭੂਆ ਤਾਂ ਘਰ ਮੈਂ ਮੈਂਦਾ ਤੱਕ ਉਹਨਾਂ ਨੂੰ ਕੱਢ ਗਿਆ ਮੇਰੇ ਕੋਲ ਹੀ ਪੱਕੀਆਂ ਕਿਸੇ ਦੀਆਂ ਰੋਟੀਆਂ ਵੀ ਜਾ ਜਾ ਬਾਹਰ ਬੈਠੇ ਬੈਠੇ ਰਹਿਣ ਉਹਨਾਂ ਨੂੰ ਪਤਾ ਲੱਗੇ ਨਾ ਮਾਰਦੀ ਇਹ ਇਹੀ ਇੱਜ਼ਤ ਹੈਗੀ ਉਹ ਬੰਦੇ ਬੜੇ ਬੀਬੇ ਬੈਠੇ ਰਹਿਣ ਨਾ ਸ਼ਬੀਰ ਨਾਜ਼ਮ ਹੈ ਨਹੀਂ ਮੈਂ ਉਹਦੇ ਨਾਲ ਹੀ ਮਾਰ ਨਾਜ਼ਮ ਹੋਏਗਾ ਤੇ ਕਿਸੇ ਹੋਰ ਵਾਸਤੇ ਆ ਗਿਆ ਸਾਡਾ ਤਾਂ ਨਾਜ਼ਮ ਹੈ ਨਹੀਂ ਨਾ ਅੱਛਾ ਠੀਕ ਆਹੋ ਜਾ ਤੂੰ ਜੇ ਬਲ ਰਹਿਣ ਨੂੰ ਦਿੱਤਾ ਮੈਂ ਸਵਾਰੀ ਨੂੰ ਮਾਰ ਮਾਰ ਕੇ ਮੇਰੇ ਹੱਥ ਸੋਜ ਗਏ ਜੇ ਬਲ ਜੇ ਹੀ ਨੂੰ ਦਿੱਤਾ ਦੋ ਪਰਾਣੇ ਦੀ ਰੋਟੀ ਨਹੀਂ ਪਕਦੀ ਮੈਂ ਤੈਨੂੰ ਰੱਖ ਤੇ ਕਰਨਾ ਕੀ ਹੁਣ ਪਕਾਈਦੀ ਬੈਠੀ ਉਸੇ ਨਾਕ ਦਾ ਇਹ ਪਹਿਲੇ ਤਾਂ ਪਕਾਇਆ ਜੇਵਲ ਅਖੀਰੀ ਮਰੀ 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 ਕੇ ਜੇਸਲ ਮੈਂ ਸਿਰ ਪਾ ਰਿਹਾ ਨਾ ਸਵਾਣੀ ਦਾ ਹੋਰ ਗੁੰਦੀ ਬੈਠੀ ਹੋਰ ਬੱਕਰਾ ਹੀ ਹੈ ਕਸਤੇ ਦੀ ਕਿਆ ਵਾਲੀ ਹੈ ਮੈਂ ਆਖਿਆ ਨਾਜ਼ਮ ਪਿਰਾ ਨੂੰ ਮਨੇ ਦੀ ਨਾ ਆਈ ਪਈ ਮੈਂ ਚਾਹ ਲਿਆ ਸੋਟਾ ਆਏ ਠੋਕਿਆ ਰਾਂ ਦੇ ਮੂੰਹ ਮੈਂ ਕੋਈ ਡਰਨਾ ਮੇਰਾ ਨਾਮ ਮਾਰ ਵਰਿਆ ਮੈਂ ਨਾ ਡਰਾਂ ਵਾਲੀ ਸਾਮੀ ਆ ਮੇਰੇ ਪਿਓ ਆਖਿਆ ਮੈਨੂੰ ਮਰਨ ਵਾਲੇ ਪੋਤਰ ਵਰਿਆ ਰਾਂ ਦੇ ਥੱਲੇ ਨਹੀਂ ਲੱਗਣਾ ਹੈ ਨਾਲ ਮਾਂ ਦੇ ਥੱਲੇ ਲੱਗੋ ਆਈ ਕੋਈ ਨਹੀਂ ਤੇ ਨਾ ਮੈਂ ਡਰਨਾ ਸ਼ਾਬਾਸ਼ ਭਾਈ ਸ਼ਾਬਾਸ਼ ਇਹ ਦੱਸ ਮਾਰ ਰੋਟੀ ਨੂੰ ਚੋਖੀ ਦੇ ਰੇ ਹੁਣੇ ਆਈ ਸਲਾਮਤ ਅਲੀ ਰੋਟੀ ਦੀ ਟਾਈਲ ਛੱਡ ਕੇ ਨਹੀਂ ਲੈਣੀ ਮੈਂ ਜਵਾਨੀ ਨੂੰ ਮਾਰ ਮਾਰ ਕੇ ਮੈਨੂੰ ਕਾਬੇ ਨਾ ਚੜਾਇਓ ਇਹ ਜਿਹੜਾ ਹੀ ਟਾਈਮ ਗੋਲ ਹੁੰਦਾ ਪਿਆ ਉਹਦੀ ਮੌਤ ਬਣਦੀ ਗਿੱਤੀ ਮਾਰ ਗੁੱਸਾ ਨਾ ਕਰ ਕੇਵਲ ਰੰਨਾਂ ਉਹਦੀਆਂ ਤਾਂ ਸਾਰਿਆਂ ਨੂੰ ਥੱਲੇ ਲਾ ਲਿਆ ਨੇ ਮਾਰ ਵਰਿਆਮ ਨੂੰ ਥੱਲੇ ਲਾ ਕੇ ਵੇਖ ਬਹੁਤ ਅੱਛਾ ਖੇਤੀ ਜੇ ਅੰਨ ਦੀਆਂ ਨੋਦੀਆਂ ਤਾਂ ਜ਼ਿੰਦਾਬਾਦ ਕੇਵਲ ਜੇ ਅੰਨ ਦੀ ਨੋਦੀ ਤਾਂ ਮਾਰ ਵਰਿਆਮ ਇੰਦਰ ਆਵਾਜ਼ ਕਹੀਏ ਮੈਂ ਹੁਣੇ ਉਹਦਾ ਮੱਕੂ ਮਾਰ ਲੈਣਾ ਤੁਸੀਂ ਬਾਹਰ ਤਾਂ ਦੇ ਮੇਰੇ ਨਾਲ ਵਰਿਆਮ ਜੇ ਮੇਰੀ ਲੱਥ ਨਹੀਂ ਬਣੀਆ ਤੇ ਮੇਰੇ ਨਾਲ ਵਰਿਆਮ ਲੱਗ ਗਿਆ ਬਹੁਤ ਅੱਛਾ ਕੇਵਲ ਜੇ ਅੰਨ ਦੀਆਂ ਨੋਦੀਆਂ ਤਾਂ ਜਲਦੀ ਲਾ ਭੁੱਖ ਨਾਲ ਤਤਬਾ ਹੋ ਗਿਆ ਸੇ ਮੈਂ ਲੱਤਾਂ ਵਾਲੇ ਪਾਸੋਂ ਬੰਨਾ ਐਵੇਂ ਦੀ ਪਈ ਤੈਨੂੰ ਕਸਮ ਹੈ ਮਾਂ ਪਿਓ ਦੀ ਅਤੇ ਮੁਰਸ਼ਾ ਦੀ ਕਸਮ ਹੈ ਅੱਜ ਮੇਰੀ ਇੱਜ਼ਤ ਬਣਾ ਚ ਮੁੜ ਤੂੰ ਅਤੇ ਖੱਲੇ ਅਤੇ ਮੇਰਾ ਸਿਰ ਅੱਜ ਮੈਨੂੰ ਜਿਹੜਾ ਇਹਨੇ ਬਚਾ ਐਵੇਂ ਦੀ ਮੈਂ ਤੇਰੇ ਸਾਰੀ ਜ਼ਿੰਦਗੀ ਲੱਤਾਂ ਘੁੱਟਾਂਗਾ ਤੇਰੇ ਸਿਰ ਦਬਾਵਾਂਗਾ ਤੈਨੂੰ ਮਾਲਿਸ਼ ਕਰਾਂਗਾ ਮੈਂ ਨੌਕਰ ਬਣ ਕਰਾਵਾਂਗਾ ਮਗਰ ਅੱਜ ਮੇਰੀ ਇੱਜ਼ਤ ਬਣਾ ਦੇ ਤੈਨੂੰ ਕਸਮ ਹੈ ਐ ਮੁਰਸ਼ਿਦ ਦੀ ਜਦੋਂ ਕਰ ਹੈ ਨਹੀਂ ਕੁਝ ਪਕਾਉਣ ਵਾਸਤੇ ਮੈਂ ਕੀ ਤੇਰੀ ਇੱਜ਼ਤ ਬਣਾਵਾਂ ਚਲੋ ਪਕਾ ਆਕਾਸ਼ਾ ਨਾ ਉੱਚਾ ਉੱਚਾ ਤਾਂ ਨਾ ਬੋਲ ਉਹਨਾਂ ਲਾਂਤੀਆਂ ਮੇਰੀ ਬੇਇੱਜ਼ਤੀ ਤਾਂ ਨਾ ਕਰ ਹੌਲੂ ਬੋਲ ਬੋਲ ਸਹੀ ਬੇਇੱਜ਼ਤੀ ਕਰ ਲੱਖ ਵੇਰੀ ਕਰ ਪਰ ਹੌਲੂ ਬੋਲ ਉਹਨਾਂ ਨੂੰ ਟੋਰ ਕਾਦੇ ਲਈ ਉਹਨਾਂ ਨੂੰ ਬਾਹਰ ਛੱਡਿਆ ਇੱਥੇ ਤੂੰ ਤਾਂ ਟੋਰ ਦਾਂ ਕਿ ਮੈਂ ਟੋਰ ਕੇ ਆਵਾਂ ਉਹਨਾਂ ਨੂੰ ਉਹ ਭਲੀਏ ਲੋਕੇ ਉਹ ਮੈਂ ਕਿਸ ਤਰ੍ਹਾਂ ਟੋਰਾ ਮਹਿਮਾਨਾਂ ਨੂੰ ਮੇਰੀ ਇੱਜ਼ਤ ਬਣੀ ਹੋਈ ਹੈ ਮੈਂ ਕਿਵੇਂ ਟੋਰ ਸਕਦਾ ਉੱਠ ਤੇਰੇ ਕੋਲ ਨਹੀਂ ਟੁੱਟਦੇ ਨਾ ਮੈਂ ਤੈਨੂੰ ਟੋਰ ਕੇ ਵਿਖਾਉਣੀ ਆ ਕਿਵੇਂ ਨਹੀਂ ਜਾਂਦੇ ਵੇਲੇ ਹੈਗੇ ਨੇ ਕਰੋ ਨਾਜ਼ਮ ਨੂੰ ਹੋਰ ਕੋਈ ਕੰਮ ਹੈ ਨਹੀਂ ਵੇਲਾ ਹੈਗਾ ਕਰੋ ਇਹ ਅੱਬਾ ਤੇਰੇ ਵਾਸਤੇ ਉਸ ਦਾ ਮੈਂ ਇਹ ਕਿਵੇਂ ਨਹੀਂ ਜਾਂਦਾ ਟੋਰ ਟੋਰ ਤਾਂ ਮੈਂ ਰੁਕਿੰਦਰ ਹੈ ਨਾਜ਼ਮ ਆ ਨਾ ਪਿਆ ਮੈਂ ਸਵਾਣੀ ਬੜੀ ਕੁੱਤੀ ਹੈ ਨਾਜ਼ਮ ਮੋੜੀ ਛੇਤੀ ਤੁਰ ਛੇਤੀ ਤੁਰ ਨਾਜ਼ਮ
ਮੈਨੂੰ ਹੋਰ ਕੋਈ ਕੰਮ ਹੈ ਨਹੀਂ ਹੈ ਵੇਲਾ ਹੈ ਨਾ ਕਰੋ ਨਹੀਂ ਮੈਨੂੰ ਇੱਕ ਗੱਲ ਦੱਸ दोस्तों अगर हमारी वीडियो अच्छी लगे तो सब्सक्राइब जरूर